ਗੁਰਦਾਸਪੁਰ ਤੋਂ ਸਨੀ ਦਿਓਲ ਖੜੇ ਹੈਗੇ ਨੇ ਅਤੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਬਾਲਾਕੋਟ ਦੇ ਏਅਰ ਸਟ੍ਰਾਈਕ ਬਾਰੇ ਤਾਂ ਉਹਨਾਂ ਨੇ ਕਿਹਾ ਉਹ ਕੀ ਹੈ, ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ, ਕਹਿਣ ਦਾ ਉਹਨਾਂ ਦਾ ਮਤਲਬ ਇਹ ਸੀਗਾ। ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਇਸ ਦੇ ਬਾਰੇ? ਹਾਂਜੀ ਹਾਂਜੀ, ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜੇ ਬੰਦੇ ਨੂੰ ਇੱਕ ਇੰਨੇ ਵੱਡੇ ਮੁੱਦੇ ਦਾ, ਹਾਲਾਂਕਿ ਜਿਹਨੂੰ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮੁੱਦਾ ਬਣਾਇਆ ਹੋਇਆ, ਹਾਂ ਉਹਦੇ ਬਾਰੇ ਸਾਰੀਆਂ ਇਲੈਕਸ਼ਨਾਂ ਉਹ ਬਾਲਾਕੋਟ ਏਅਰ ਸਟ੍ਰਾਈਕ ਤੇ ਕਰ ਰਹੀ ਆ, ਤੇ ਉਹਨਾਂ ਦੇ ਗੁਰਦਾਸਪੁਰ ਤੋਂ ਕੈਂਡੀਡੇਟ ਨੂੰ ਇਹ ਨਹੀਂ ਪਤਾ ਵੀ ਬਾਲਾਕੋਟ ਏਅਰ ਸਟ੍ਰਾਈਕ ਹੈ ਕੀ ਆ, ਵੀ ਉਹ ਕੀ ਹੋਇਆ ਕੀ ਉਹਦਾ ਕੁਝ ਵੀ ਡੈਫੀਨੇਸ਼ਨ ਨਹੀਂ ਪਤਾ। ਜੀ ਜੀ ਜੀ, ਹਨਾ, ਮਤਲਬ ਕਿ ਉਹ ਆਪਣੇ ਫਿਲਮੀ ਹੀਰੋ ਆਪਣੇ ਜਿਹੜੇ ਡਾਇਲੌਗ ਉਹੀ ਬੋਲ ਬੋਲ ਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ, ਰੋਡ ਸ਼ੋਅ ਵਗੈਰਾ ਕਰ ਰਹੇ ਨੇ ਕਿਸੇ ਪਿੰਡਾਂ ਵਿੱਚ, ਨੁੱਕੜ ਮੀਟਿੰਗਾਂ 'ਚ ਜਾ ਕੇ, ਉਹ ਇਸ ਤਰ੍ਹਾਂ ਦਾ ਨਹੀਂ ਕਰ ਰਹੇ, ਸੁਜੈਸਟ ਉਹੀ ਆ ਵੀ ਫਿਲਮੀ ਡਾਇਲੌਗ ਬੋਲ ਰਹੇ ਨੇ, ਉਹਨਾਂ ਨੂੰ ਲੱਗਦਾ ਵੀ ਫਿਲਮੀ ਡਾਇਲੌਗਸ ਦੇ ਆਧਾਰ 'ਤੇ ਹੀ ਲੋਕ ਵੋਟ ਪਾ ਦੇਣਗੇ। ਵੈਸੇ ਹੋਇਆ ਵੀ ਇਸ ਤਰ੍ਹਾਂ ਹੀ ਆ, ਗੁਰਦਾਸਪੁਰ ਦੇ ਲੋਕਾਂ ਨੇ 20 ਸਾਲ ਇੱਕ ਇਹੋ ਜਿਹੇ ਬੰਦੇ ਨੂੰ ਵੋਟਾਂ ਪਾਈ ਰੱਖੀਆਂ ਜਿਨ੍ਹਾਂ ਨੂੰ ਉਹਨੇ ਕਦੀ ਦੇਖਿਆ ਨਹੀਂ ਸੀ, ਉਹ ਸਾਰੀ ਉਮਰ ਗੁਰਦਾਸਪੁਰ ਨਹੀਂ ਵੜਿਆ ਆ ਕੇ, ਤੇ ਮੈਨੂੰ ਲੱਗਦਾ ਵੀ ਕਿਤੇ ਉਹੀ ਗਲਤੀ ਹੁਣ ਗੁਰਦਾਸਪੁਰ ਵਾਲੇ ਦੁਬਾਰੇ ਨਾ ਕਰ ਲੈਣ, ਵੀ ਇੱਕ ਧਰਮਿੰਦਰ ਦਾ ਮੁੰਡਾ ਜੀ, ਨਾ ਕੋਈ ਜਾਣੇ ਨਾ ਪਛਾਣੇ, ਉਹਨਾਂ ਨੂੰ ਚਾਹੀਦਾ ਕਿਸੇ ਵੀ ਲੋਕਲ ਲੀਡਰ ਨੂੰ ਵੋਟ ਪਾਉਣ ਜਿਹੜਾ ਘੱਟੋ ਘੱਟ ਐਕਸੈਸੀਬਲ ਹੋਵੇ। ਅਸੀਂ ਤਾਂ ਵਾਰ ਵਾਰ ਇਸ ਪ੍ਰੋਗਰਾਮ 'ਚ ਕਹਿ ਰਹੇ ਹਾਂ ਵੀ ਜਿਹੜਾ ਤੁਹਾਨੂੰ ਘੱਟੋ ਘੱਟ ਚੰਡੀਗੜ੍ਹ ਹੀ ਬੈਠਾ ਹੋਵੇ, ਐਂ ਤਾਂ ਨਾ ਹੋਵੇ ਵੀ ਭੱਜ ਕੇ ਬੰਬੇ ਚਲਾ ਜਾਵੇ, ਦਿੱਲੀ ਤੋਂ ਵੀ ਦੂਰ ਚਲਾ ਜਾਵੇ, ਉਹਨੂੰ ਤਾਂ ਦਿੱਲੀ ਆਉਣਾ ਵੀ ਔਖਾ ਹੋ ਜਾਣਾ, ਤੁਸੀਂ ਦਿੱਲੀ ਵੀ ਨਹੀਂ ਮਿਲ ਸਕਦੇ ਉਹਨਾਂ ਨੂੰ, ਘੱਟੋ ਘੱਟ ਚੰਡੀਗੜ੍ਹ ਤੱਕ ਤਾਂ ਐਕਸੈਸੀਬਲ ਹੋਵੇ ਨਾ ਬੰਦਾ, ਵੀ ਚਲੋ ਜਾ ਕੇ ਆਪਣੀਆਂ ਉਹਦੇ ਲਈ ਕਰ ਲਿਆ ਜਾਵੇ। ਬਿਲਕੁਲ ਜੀ, ਔਰ ਇਸ ਦੇ ਨਾਲ ਨਾਲ ਸੰਨੀ ਦਿਓਲ ਦੇ ਖਿਲਾਫ ਜਿਹੜੀ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਪਿੰਡ ਵਾਲਿਆਂ ਨੇ, ਸਾਹਨੇਵਾਲ ਵਾਲਿਆਂ ਨੇ ਉਹਨਾਂ ਨੇ ਕੀਤੀ ਹੈਗੀ, ਉਹਨਾਂ ਨੇ ਕਿਹਾ ਕਿ ਇਹ ਪਿਓ ਪੁੱਤ ਜਿਹੜੇ ਹੈਗੇ ਆ ਇਹ ਸਾਡੇ ਪਿੰਡ ਦੇ ਨਹੀਂ ਹੋ ਸਕੇ ਅਤੇ ਗੁਰਦਾਸਪੁਰ ਵਾਲਿਆਂ ਦੇ ਕੀ ਹੋਣਗੇ। ਅਵਤਾਰ ਸਿੰਘ ਜੀ ਕੀ ਕਹੋਗੇ, ਕੋਈ ਆਪਸੀ ਦੁਸ਼ਮਣੀ ਕਰਕੇ ਹੋਈ ਹੋਵੇਗੀ? ਦੁਸ਼ਮਣੀ ਕੋਈ ਨਹੀਂ ਜੀ, ਅਸਲ 'ਚ ਇਹ ਘੁਮਾਇਆ ਜਾਂਦਾ ਵੀ ਜਿਹੜਾ ਨਾ ਧਰਮਿੰਦਰ ਦਾ ਪਿੰਡ ਸਾਹਨੇਵਾਲ ਆ, ਸਾਹਨੇਵਾਲ ਨਹੀਂ ਹੈਗਾ ਪਿੰਡ ਉਹਨਾਂ ਦਾ, ਡਾਂਗੋ ਅਸਲੀ ਸਾਹਨੇਵਾਲ ਦੇ ਲਾਗੇ ਨਾ ਲੁਧਿਆਣਾ, ਡਾਂਗੋ ਪਿੰਡ ਆ ਐਕਚੁਅਲੀ, ਉਹ ਡਾਂਗੋ ਪਿੰਡ ਦੇ ਆ ਜੀ ਜੀ, ਤੇ ਡਾਂਗੋ ਪਿੰਡ ਦੇ ਬਛਿੰਦਿਆਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਵੀ ਸਾਰੀ ਉਮਰ ਹੋ ਗਈ ਇਹਨਾਂ ਨੂੰ ਪਿੰਡ ਛੱਡੇ ਨੂੰ, ਹਨਾ ਵੀ ਜਦੋਂ ਦਾ ਧਰਮਿੰਦਰ ਪਿੰਡ ਛੱਡ ਕੇ ਗਿਆ ਇਹਨੇ ਪਿੰਡ 'ਚ 10 ਇੱਟਾਂ ਨਹੀਂ ਲਵਾਈਆਂ, ਮਤਲਬ ਕਿ ਸਾਰੀ ਉਮਰ ਮਤਲਬ ਕਿ ਕਦੀ ਪਿੰਡ ਜਾ ਕੇ ਨਹੀਂ ਵੜਿਆ, ਤੇ ਜਿਹੜਾ ਬੰਦਾ ਕਹਿੰਦੇ ਵੀ ਆਪਣੇ ਪਿੰਡ ਦਾ ਜਿੱਥੋਂ ਜੰਮਿਆ ਪਲਿਆ ਉੱਥੋਂ ਦਾ ਨਹੀਂ ਹੋ ਸਕਿਆ, ਵੀ ਤੁਹਾਡੇ ਉੱਥੇ ਗੁਰਦਾਸਪੁਰ ਜਾ ਕੇ ਕੀ ਕਰ ਦੋਗੇ, ਉਹ ਕਹਿੰਦੇ ਵੀ ਕਦੀ ਵੀ ਇਹ ਪਿੰਡ ਨਹੀਂ ਆਏ, ਕਦੀ ਪਿੰਡ ਦਾ ਭੁਰਾ ਬਲਾ ਉਹਨਾਂ ਨੇ ਸੋਚਿਆ ਇਹਨਾਂ ਨੇ, ਆਹ ਨਲਕੇ ਨਲਕੇ ਪੱਟਣ ਵਾਲੀ ਜਿਹੜੀ ਡਰਾਮੇਬਾਜ਼ੀ ਕਰਦੇ, ਕਦੀ ਇੱਕ ਵੀ ਟੂਟੀ ਤੱਕ ਨਹੀਂ ਲਵਾਈ ਇਹਨਾਂ ਨੇ ਪਿੰਡ ਜਾ ਕੇ। ਕਹਿੰਦੇ ਵੀ 2013 'ਚ ਕਿਸੇ ਫਿਲਮ ਦੀ ਸ਼ੂਟਿੰਗ ਦੇ ਮਾਮਲੇ 'ਚ ਇੱਥੇ ਆਇਆ ਸੀ, ਸਾਨੂੰ ਐਂ ਲੱਗਿਆ ਵੀ ਸਾਡੇ ਪਿੰਡ ਦਾ ਹੈਗਾ ਵੀ ਚਲੋ ਲੈ ਆਈਏ, ਸ਼ਾਇਦ ਕੋਈ ਪਿੰਡ ਦੀ ਦੇਖਭਾਲ ਹੀ ਕਰ ਦੂਗਾ, ਅਸੀਂ ਪਿਆਰ ਸਤਿਕਾਰ ਨਾਲ ਜੀਪ 'ਚ ਬਿਠਾ ਕੇ ਲਿਆ, ਕਹਿੰਦੇ ਚਾਹ ਪਾਣੀ ਪੀ ਕੇ ਚੱਲਦਾ ਬਣਿਆ, ਮਤਲਬ ਕਿ ਕੁਛ ਵੀ ਨਹੀਂ ਇਹਨਾਂ ਨੇ ਸਾਰੀ ਉਮਰ, ਕਹਿੰਦੇ ਪਿੰਡ ਤੁਸੀਂ ਇਕੱਲੀ ਧਰਮਿੰਦਰ ਦੀ ਗੱਲ ਨਹੀਂ, ਬਾਕੀ ਦੇ ਵੀ ਕਿੰਨੇ ਪੰਜਾਬੀ ਫਿਲਮ ਇੰਡਸਟਰੀ ਦੇ ਆ, ਜਤਿੰਦਰ ਉਹਨੀਆਂ, ਰਿਸ਼ੀ ਕਪੂਰ ਵਾਲਿਆਂ ਦੀ ਫੈਮਿਲੀ ਹੈ, ਸਾਰੀ ਪੰਜਾਬੀ ਫੈਮਿਲੀ ਹੈ, ਵਿਨੋਦ ਖੰਨਾ, ਮਤਲਬ ਕਿ ਕਿੰਨੇ ਜ਼ਿਆਦਾ ਨੇ ਵੀ ਜਤਿੰਦਰ ਦੀਆਂ ਵੀ ਜਿਹੜਾ ਪੰਜਾਬ ਨਾਲ ਜੋੜੀ ਜਾਂਦੇ ਨੇ ਨਾ, ਵੀ ਮਤਲਬ ਕਿ 90% ਤੱਕ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਹਿੰਦੀ ਫਿਲਮ ਇੰਡਸਟਰੀ 'ਤੇ ਰਾਜ ਕਰਿਆ, ਕਿਸੇ ਨੇ ਪੰਜਾਬ ਕਿਸੇ ਨੂੰ ਨਹੀਂ ਪਤਾ ਵੀ ਪੰਜਾਬ ਦੇ ਕੀ ਹਾਲਾਤ ਨੇ, ਪੰਜਾਬ 'ਚ ਕਿੰਨਾ ਖਤਮ ਕਿਸਾਨੀ ਕਿੱਥੇ ਤੱਕ ਪਹੁੰਚ ਗਈ ਹੋਈ ਹੈ, ਇੱਥੇ ਕਿੰਨਾ ਨੌਜਵਾਨਾਂ ਦਾ ਕਤਲੇਆਮ ਹੋਇਆ, ਦੋਵੇਂ ਪਾਸੇ ਗੋਲੀਆਂ ਚੱਲੀਆਂ ਨੇ, ਦੋਵੇਂ ਪਾਸੇ ਨੁਕਸਾਨ ਹੋਇਆ, ਕਿਸੇ ਨੇ ਮੱਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਿੱਖਾਂ ਦੇ ਹਿਰਦੇ ਬਲੁੰਦਰੇ ਗਏ, ਸਗੋਂ ਦੂਜੇ ਬੰਨੇ ਜਾ ਕੇ ਇਹ ਕਹਿ ਕੇ ਨਵਾਜਣਾ ਕਿ ਸੁਪਰ ਕੌਪ ਸੀ। ਹਾਂਜੀ ਹਾਂ, ਸੁਪਰ ਕੌਪ, ਮਤਲਬ ਕਿ ਜੋ ਕੁਛ ਵੀ ਹੈ, ਮਤਲਬ ਕਿ ਸਾਰਾ ਇਸ ਤਰ੍ਹਾਂ, ਸੋ ਇਹ ਅਸੀਂ ਸਮਝਦੇ ਹਾਂ ਵੀ ਪੂਰੀ ਫਿਲਮ ਇੰਡਸਟਰੀ ਦਾ, ਐਕਟਰਾਂ ਦਾ ਖਾਸ ਕਰਕੇ, ਵੀ ਇਹਨਾਂ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂ, ਅਸੀਂ ਗੁਰਦਾਸਪੁਰ ਦੇ ਲੋਕਾਂ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਹੋਰ ਜਿਹਨੂੰ ਕਾਲੇ ਚੋਰ ਨੂੰ ਵੋਟ ਪਾ ਦਿਓ, ਅਸੀਂ ਨਹੀਂ ਕਹਿੰਦੇ ਕਿ ਇਹਨੂੰ ਜਿਤਾਓ, ਹੈ ਨਾ, ਪਰ ਇਹਨਾਂ ਨੂੰ ਨਾ ਪਾਇਓ, ਇਹਨਾਂ ਨੇ ਕਦੀ ਵੀ ਤੁਹਾਡੇ ਦੁੱਖ ਸੁੱਖ ਵਿੱਚ ਆ ਕੇ ਖੜੇ ਨਹੀਂ ਹੋਣਾ। ਬਿਲਕੁਲ ਜੀ, ਔਰ ਗਰਾਊਂਡ ਰਿਐਲਿਟੀ ਹੈ ਕਿ ਇਹ ਲੋਕ, ਔਰ ਦੂਜੀ ਗੱਲ ਅਵਤਾਰ ਸਿੰਘ ਜੀ ਇੱਕ ਹੋਰ ਹੈਗੀ ਆ, ਜੇ ਆਪਾਂ ਸੋਚੀਏ ਵੀ ਜੇ ਇਹਨੂੰ ਟਿਕਟ ਬੀਜੇਪੀ ਨੇ ਦੇਣੀ ਹੀ ਸੀ ਤੇ ਇਹਨੂੰ ਟਿਕਟ ਉਹਨਾਂ ਨੇ ਮਹਾਰਾਸ਼ਟਰ ਤੋਂ ਕਿਉਂ ਨਹੀਂ ਦੇਣੀ? ਹਾਂਜੀ, ਉੱਥੋਂ ਦੇਣੀ ਚਾਹੀਦੀ, ਉੱਥੋਂ ਦੇ ਲੋਕ ਫਿਰ ਜ਼ਿਆਦਾ ਸਮਝਦਾਰ, ਉਹਨਾਂ ਨੇ ਵੋਟ ਨਹੀਂ ਸੀ ਪਾਉਣੀ। ਬਿਲਕੁਲ ਬਿਲਕੁਲ, ਉਹਨਾਂ ਨੂੰ ਪਤਾ ਹੈਗਾ ਵੀ ਇਹਨਾਂ ਨੇ ਕਿੱਥੇ ਕੰਮ ਕੁੰਮ ਤਾਂ ਕੋਈ ਕਰਨਾ ਨਹੀਂ ਹੈਗਾ। ਜੀ ਜੀ ਜੀ, ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲ